क्षत्रिय काल मैं हां चंचल मनोर सिंह ਤੁਸੀਂ ਦੇਖ ਰਹੇ ਹੋ ਅਮਰਤ ਪ੍ਰਸਾਰ ਅਮਰਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਚਰਚਾ ਕਰਾਂਗੇ ਇੱਕ ਬੜਾ ਅਹਿਮ ਮੁੱਦਾ ਜਿਸ ਦਾ ਸਬੰਧ ਸਿੱਖ ਧਰਮ ਨਾਲ ਹੈ ਅਤੇ ਸਭ ਤੋਂ ਵੱਧ ਸਬੰਧ ਉਸ ਦਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੈ ਇਸ ਚਰਚਾ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਆਪ ਜੀ ਨੂੰ ਬੁਝਾਰਸ਼ ਹੈ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਅਤੇ ਇਸ ਦੀ ਬੈਲ ਆਈਕਨ ਯਾਨੀ ਇਸ ਦੀ ਘੰਟੀ ਜ਼ਰੂਰ ਦਿਓ ਤਾਂ ਜੋ ਵੀਡੀਓ ਤੁਹਾਨੂੰ ਮਿਲੇ ਅਤੇ ਇਸ ਦੀ ਸੁਝਾਅ ਪੱਟੀ ਵਿੱਚ ਆਪਣੇ ਕਮੈਂਟ ਵੀ ਦਿਓ ਕਮੈਂਟ ਕਮੈਂਟ ਪੱਟੀ ਵਿੱਚ ਆਪਣੇ ਸੁਝਾਅ ਵੀ ਦਿਓ ਇਹ ਤੇ ਗੱਲ ਦੱਸ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਸੀਨੀਅਰ ਲੀਡਰ ਹਰਸਿਮਰਤ ਕੋਰ ਸਾਬਕਾ ਕੇਂਦਰੀ ਮੰਤਰੀ ਨੇ ਇੱਕ ਜਿਹਾ ਬਿਆਨ ਦਿੱਤਾ ਹੈ ਜਿਸ ਕਰਕੇ ਸਿੱਖ ਸੰਗਤਾਂ ਵਿੱਚ ਬੜੀ ਚਰਚਾ ਵੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੋ ਰਿਹਾ ਹੈ ਕਿ ਵੀ ਇਹ ਕੀ ਕਹਿ ਦਿੱਤਾ ਬੀਬੀ ਹਰਸਿਮਰਤ ਕੋਰ ਨੇ ਕਿਹਾ ਕਿ ਜਿਹੜੇ ਆਸ਼ਰੋਮਣੀ ਅਕਾਲੀ ਦਲ ਬਾਦਲ ਦਾ ਚੋਣ ਨਿਸ਼ਾਨ ਹੈ ਤਕੜੀ ਉਹ ਤਕੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਕੜੀ ਹੈ ਤੁਸੀਂ ਸੋਚ ਸਕਦੇ ਹੋ ਕਿ ਇੱਕ ਸੀਨੀਅਰ ਲੀਡਰ ਅਜੇ ਹੀ ਇਤਿਹਾਸਕ ਪੋਲ ਕਰ ਰਿਹਾ ਜਾਣ ਕੇ ਜਾਨੀ ਕਿ ਹੁਣ ਜੇਕਰ ਲੋਕਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੋਂ ਉੱਠ ਗਿਆ ਲੋਕ ਵੋਟਾਂ ਨਹੀਂ ਪਾਉਂਦੇ ਸੰਗਤਾਂ ਵੀ ਨਹੀਂ ਪਾਉਂਦੀਆਂ ਉਹ ਸਿੰਘ ਜੋ ਪੰਥਕ ਖਾਨ ਪਰ ਇਸ ਪਰਿਵਾਰ ਨੂੰ ਵੋਟਾਂ ਨਹੀਂ ਪਾਣਾ ਚਾਹੁੰਦੇ ਤੁਸੀਂ ਇਹ ਸੱਤ ਤੱਕ ਚਲੇ ਜਾਓ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜੋ ਚੌਣ ਨਿਸ਼ਾਨ ਹੈ ਤਕੜੀ ਉਹ ਗੁਰੂ ਨਾਨਕ ਦੇਵ ਜੀ ਦੀ ਤਕੜੀ ਹੈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਸਾਰੀ ਦੁਨੀਆ ਨੂੰ ਪਤਾ ਹੈ ਉਹਦੇ ਤੇ ਕੋਈ ਉਹ ਨਹੀਂ ਉਹਨਾਂ ਨੇ ਤੇ ਤੇਰਾ 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 ਉਹਨਾਂ ਨੂੰ ਕਰਕੇ ਜਾਣਿਆ ਜਾਂਦਾ ਤੁਹਾਨੂੰ ਪਤਾ ਹੋਏਗਾ ਸਭ ਸਿੱਖਾਂ ਨੂੰ ਵੀ ਪਤਾ ਕਿ ਸੱਚਾ ਸ਼ੋਦਾ ਗੁਰਦੁਆਰਾ ਜੋ ਸੀ ਉਹਨ ਵੀ ਐ ਫਰੂਕਾਬਾਦ ਨਨਕਾਣਾ ਸਾਹਿਬ ਤੋਂ ਕੋਈ 50 60 ਕਿਲੋਮੀਟਰ ਦੂਰ ਹੈ ਉਥੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ ਵਪਾਰ ਕਰਨ ਭੇਜਿਆ ਤਾਂ ਉਹਨਾਂ ਕੋਲ ਜਿਹੜੇ 13 ਰੁਪਏ ਸੀਗੇ ਉਹਨਾਂ ਨੇ ਉਹਦੇ ਨਾਲ ਉਥੇ ਜੋ ਗਰੀਬ ਭੁੱਖੇ ਕਈ ਦਿਨਾਂ ਦੇ ਬੈਠੇ ਸੀ ਉਹਨਾਂ ਨੂੰ ਰੋਟੀ ਖਵਾਤੀ ਲੰਗਰ ਛਕਾ ਦਿੱਤਾ ਤੇ ਆਪ ਵਾਪਸ ਆ ਗਏ ਔਰ ਫਿਰ ਇਸ ਤੋਂ ਬਾਅਦ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਕਰਤਾਰਪੁਰ ਤਿੰਨ ਉਹਨਾਂ ਨੇ ਆਪਣੀਆਂ ਯਾਤਰਾਵਾਂ ਕੀਤੀਆਂ ਤਾਂ ਵਾਪਸ ਕਰਤਾਰਪੁਰ ਆ ਗਏ ਉੱਥੇ ਆ ਕੇ ਉਹਨਾਂ ਨੇ ਜੋ ਗੁਰਬਾਣੀ ਦੀ ਰਚਨਾ ਰੰਬੀ ਉਹਰ ਉਹਦੇ ਵਿੱਚ ਉਹਨਾਂ ਨੇ ਉਪਦੇਸ਼ ਦਿੱਤਾ ਸਿੱਖ ਕੌਮ ਨੂੰ ਜਿਹੜੀ ਸਿੱਖ ਕੌਮ ਦੀ ਨੈਤਿਕਤਾ ਕਿ ਤੁਸੀਂ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਵਾਂਡ ਚੱਕੋ ਚ ਲੰਗਰ ਦੀ ਪਰੰਪਰਾ ਜੋ ਅੱਜ ਤੱਕ ਚੱਲੀ ਆ ਰਹੀ ਹੈ ਉਹਨਾਂ ਨੇ ਜਦੋਂ ਉੱਥੇ ਗੁਰਗੱਦੀ ਦੇਣ ਦੀ ਸਮਾ ਆਇਆ ਤਾਂ ਉਹਨਾਂ ਨੇ ਪਾਈ ਲੈਣਾ ਜੋ ਉੱਥੇ ਸੇਵਾ ਕਰਦੇ ਸੀ ਕਰਤਾਰਪੁਰ ਸਾਹਿਬ ਉਹਨਾਂ ਨੇ ਉਹਨਾਂ ਵਿੱਚ ਗੁਰੂ ਰੂਪੀ ਗੁਣ ਦੇਖ ਕੇ ਉਹਨਾਂ ਨੂੰ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਂ ਦੇ ਕੇ ਉਹਨਾਂ ਨੂੰ ਸਥਾਨ ਦਿੱਤਾ ਸਿੱਖ ਕੌਮ ਚ ਦੂਜੀ ਪਾਤਸ਼ਾਹੀ ਬਣੇ ਪਰ ਉਹਨਾਂ ਨੇ ਆਪਣੇ ਦੋ ਬੇਟੇ ਸ੍ਰੀ ਚੰਦ ਤੇ ਲక్ష్ਮੀ ਚੰਦ ਨੂੰ ਇਹ ਗੁਰਗੱਦੀ ਦੇਣ ਤੋਂ ਜਿਹੜੀ ਇਹ ਕਿਦਰਗੇਜ਼ ਕੀਤਾ ਨਹੀਂ ਦਿੱਤੀ ਕਿਉਂਕਿ ਉਹਨਾਂ ਨੇ ਯੋਗ ਸਮਝਿਆ ਕਿ ਗੁਰੂ ਅੰਗਦ ਦੇਵ ਜੀ ਯਾਨੀ ਭਾਈ ਲੈਣਾ ਜੀ ਹੀ ਇਸ ਗੁਰਗੱਦੀ ਦੇ ਕਾਬਿਲ ਹਨ ਪਰ ਦੂਜੇ ਪਾਸੇ ਜੇ ਹੁਣ ਅਸੀਂ ਇਹ ਜੋ ਬੀਬੀ ਹਰ ਸਿਮਰਤ ਕੌਰ ਜੀ ਨੇ ਗੱਲ ਕੀਤੀ ਹੈ ਉਹਦੀ ਗੱਲ ਨੂੰ ਉਹ ਗਾਂਧ ਹੋ ਰਹੀ ਏ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਆਪਣੀ ਵਿਰਾਸਤ ਜਿਹੜੀ ਸਿੱਖ ਕੌਮ ਦੀ ਵਿਰਾਸਤ ਹੈ ਸ਼ਰੋਮਣੀ ਅਕਾਲੀ ਦਲ ਇਹਦਾ 103 ਸਾਲ ਦਾ ਇਤਿਹਾਸ ਹੈ ਉਹਦੇ ਉੱਪਰ ਉਹਨਾਂ ਦਾ ਕਬਜ਼ਾ ਸੀ ਤੇ ਜਦੋਂ ਉਹ ਹੁਣ ਉਹਨਾਂ ਨੂੰ ਅੱਗੇ ਕਿਸੇ ਨੂੰ ਦੇਣੀ ਪੈਣੀ ਸੀ ਅਗਲਾ ਉਹਨਾਂ ਨੂੰ ਉੱਤਰਦਾਰੀ ਸਤਿਪਤ ਕਰਨਾ ਪੈਣਾ ਸੀ ਤਾਂ ਉਹਨਾਂ ਨੇ ਆਪਣਾ ਹੀ ਸੁਪੁੱਤਰ ਸੁਖਵੀਰ ਬਾਦਲ ਚੁਣਿਆ ਤੇ ਆਪਣੇ ਜੀਂਦੇ ਜੀ ਹੀ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਨਿਯੁਕਤ ਕਰਤਾ ਉਹਨਾਂ ਨੇ ਵਸਾ ਨਹੀਂ ਖਾਤਾ ਕਿ ਜੇਕਰ ਉਹ ਜਦੋਂ ਇਸ ਦੁਨੀਆ 'ਚ ਨਹੀਂ ਹੋਣਗੇ ਤਾਂ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਸੁਪੁੱਤਰ ਨੂੰ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣਦੇ ਸੋ ਇੱਕ ਪਾਸੇ ਕੀ ਪਰੰਪਰਾ ਚੱਲ ਰਹੀ ਹੈ ਸਿੱਖ ਧਰਮ ਦੀ ਦੂਜੇ ਪਾਸੇ ਬਾਦਲ ਪਰਵਾਰ ਜਿਹੜਾ ਕਿ ਮੋਹ ਮਾਇਆ ਦੇ ਜਾਲ ਚ ਫਸਿਆ ਹੋਇਆ ਔਰ ਪੁੱਤ ਦੇ ਮੋਹ ਕਰਕੇ ਉਹਨਾਂ ਨੇ ਪੰਜਾਬ ਵਿੱਚ ਨਵੇਂ ਨੌਜਵਾਨ ਸਿੱਖ ਲੀਡਰਾਂ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਇਸ ਕਰਕੇ ਜੀ ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਵਿੱਚ ਜੋ ਸਿੱਖ ਪੰਥ ਨੂੰ ਸਭ ਤੋਂ ਵੱਡੀ ਘਾਟ ਮਹਿਸੂਸ ਹੋ ਰਹੀ ਏ ਉਹ ਹੋ ਰਹੀ ਏ ਕਿ ਦੂਰ ਦ੍ਰਿਸ਼ਟੀ ਵਾਲੀ ਨੌਜਵਾਨ ਪੀੜ੍ਹੀ ਹੈ ਹੀ ਨਹੀਂ ਔਰ ਇਹ ਜੋ ਬੀਬੀ ਨੇ ਜ਼ੁਰਤ ਕੀਤੀ ਹੈ ਕੰਨ ਦੀ ਇੱਥੇ ਸਾਨੂੰ ਅਫਸੋਸ ਏ ਹੈ ਕਿ ਨਾ ਤਾਂ ਨੋਟਿਸ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਅਤੇ ਨਾ ਹੀ ਨੋਟਿਸ ਲਿਆ ਤਖਤ ਸ੍ਰੀ ਅਕਾਲ ਤਖਸਾਲ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਕਿਉਂਕਿ ਇਹ ਬਾਦਲ ਪਰવાર ਹੈ ਤੇ ਇਹ ਕੁਤਾਈ ਉਹਨਾਂ ਦੇ ਪਰਿਵਾਰ ਵੱਲੋਂ ਹੋਈ ਹੈ ਇਸ ਲਈ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੋ ਮਰਜ਼ੀ ਉਹ ਕਹਿ ਦੇਣ ਜੇ ਇਹ ਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਤੁਸੀਂ ਦੇਖਦੇ ਕਿ ਕਿਵੇਂ ਉਸ ਦਾ ਬੁਰਾ ਹਾਲ ਕਰ ਦੇਣਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਤੇ ਉਹਨਾਂ ਦੀ ਦਿਸ਼ਾ ਵਿੱਚ ਨਿਸ਼ਾਨ ਤੇ ਚਲਦੇ ਹੋਏ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਉਹਦੇ ਤੇ ਜੋ ਕਾਰਵਾਈ ਸ਼ੁਰੂ ਆਰੰਭ ਕਰ ਦੇਣੀ ਸੀ ਸੋ ਇਸ ਕਰਕੇ ਮੈਂ ਨੂੰ ਇਹ ਲੱਗਾ ਵੀ ਇਹ ਚਰਚਾ ਸਿੱਖ ਸੰਗਤਾਂ ਨਾਲ ਜਿਹੜੀ ਇਹ ਸਾਂਝੀ ਕੀਤੀ ਜਾਏ ਹਵਿਸ਼ ਪੱਧਰ ਤੇ ਔਰ ਇਸ ਨੇ ਆ ਮੈਂ ਦੋਨੋਂ ਅੰਮ੍ਰਿਤ ਪ੍ਰਸਾਰ ਚੈਨਲ ਵੱਲੋਂ ਸਭ ਪਾਸੇ ਇਸ ਕਰਕੇ ਦੇ ਰਿਆ ਹਾਂ ਕਿਉਂਕਿ ਇਹ ਬੜੀ ਕੋਰ ਜਿਹੜੀ ਇਹ ਬਜਰ ਗਲਤੀ ਜੋ ਬੀਬੀ ਅਰ ਸਿਮਰਤ ਕੋਰ ਨੇ ਕੀਤੀ ਹੈ ਉਸ ਦੀ ਮੰਗ ਵੀ ਆ ਰਹੀ ਹੈ ਵੀ ਉਸ ਤੋਂ ਇਸ ਦਾ ਉਹਦੇ ਉੱਪਰ ਅਕਾਲ ਤਖਤ ਕੋਈ ਨੋਟਿਸ ਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੋਟਿਸ ਲੇ ਪਰ ਉਹ ਨਹੀਂ ਲੈਣਗੇ ਪਰ ਇਹ ਦੇਖਣ ਚ ਆਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਸ ਗੱਲ ਨੂੰ ਚੁੱਕਿਆ ਅਤੇ ਉਹਨਾਂ ਨੇ ਇਹ ਕਿਹਾ ਵੀ ਇਸ ਤੇ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਇਸ ਤੇ ਕੋਈ ਕਾਰਵਾਈ ਕਰੇ ਜੋ ਗੱਲ ਬੀਬੀ ਅਰ ਸਿਮਰਤ ਕੌਰ ਨੇ ਕਹੀਏ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਔਰ ਸਿੱਖ ਹਲਕਿਆਂ ਵਿੱਚ ਇਹ ਬਹੁਤ ਚਰਚਿਤ ਵੀ ਹੈ ਸੋ ਇੱਥੇ ਮੈਂ ਇੱਕ ਗੱਲ ਅਖੀਰ ਵਿੱਚ ਇਹ ਕਹਿਣੀ ਚਾਹਨਾ ਕਿ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਜੋ ਸ਼੍ਰੋਮਣੀ ਅਕਾਲੀ ਦਲ ਹੈ ਇਹ ਇੱਕ ਪਰਿਵਾਰ ਦਾ ਦਲ ਹੈ ਇਸੇ ਕਰਕੇ ਜੋ ਪੰਥਕ ਸੋਚ ਵਾਲੇ VOTER ਹਨ ਲੋਕ ਹਨ ਉਹਨਾਂ ਨੇ ਇਹਨਾਂ ਵੱਲੋਂ ਆਪਣਾ ਮੁੱਖ ਮੋੜ ਲਿਆ ਔਰ ਤੁਸੀਂ ਦੇਖਿਆ ਵੀ ਹੈ ਕਿ ਸੁਖਵੀਰ ਬਾਦਲ ਵਿੱਚ ਕੋਈ ਅਜੇ ਹੀ ਸਿਆਸੀ ਚਿੰਗਣ ਦਿਖਣ ਨੂੰ ਨਹੀਂ ਮਿਲਦੀ ਨਾ ਹੀ ਉਹਦੇ ਵਿੱਚ ਜਿਹੜੀ ਸਿੱਖ ਧਰਮ ਦਾ ਵਿਚਾਰਧਾਰਾ ਦਾ ਕੋਈ ਸਪਾਰਕ ਨਜ਼ਰ ਆਉਂਦਾ ਹੈ ਕਿ ਉਹ ਬਹੁਤ ਵਧੀਆ ਸਿੱਖ ਧਰਮ ਉੱਪਰ ਪਾਸ਼ੰਦ ਦੇ ਸਕਦੇ ਹੋਣ ਔਰ ਉਹਨਾਂ ਦੇ ਜੋ ਜੋਟੀਦਾਰ ਹਨ ਉਹ ਹਨ ਸਰਦਾਰ ਵਿਕਰਮਜੀਤ ਸਿੰਘ ਜੀ ਮਡੀਠਿਆ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹੜੇ ਜਿਹੜੀ ਚਿੱਟੇ ਦਾ ਕੇਸ ਹੈ ਯਾਨੀ ਕਿ ਉਹਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਸੀ ਉਹਨਾਂ ਦੀ ਜ਼ਮਾਨਤ ਹੋਈ ਉਹਨਾਂ ਦੀ ਐਫ ਆਈ ਆਰ ਹਲੇ ਵੀ ਕੇਸ ਉਹਨਾਂ ਉਪਰ ਹੈ ਉਸ ਦਾ ਫੈਸਲਾ ਜੋ ਕਚਹਿਰੀ ਕਰੇਗੀ ਉਹ ਸਮਾਂ ਦੱਸੇਗਾ ਦੂਜੇ ਉਹਨਾਂ ਦੇ ਨਾਲ ਹਨ ਵਿਰਸਾ ਸਿੰਘ ਬੁਲਟੋਆ ਉਹਨਾਂ ਦੀ ਤੁਸੀਂ ਜ਼ੁਬਾਨ ਤੋਂ ਕਦੀ ਵੀ ਕੋਈ ਅਜਿਹੀ ਗੱਲ ਨਹੀਂ ਸੁਣੋਗੇ ਜਿਹੜੀ ਤੁਹਾਨੂੰ ਪ੍ਰਭਾਵਿਤ ਕਰਦੀ ਹੋਵੇ ਉਹਨਾਂ ਦੇ ਜਿਵੇਂ ਜ਼ਬਾਨ ਨੂੰ ਜਿਹੜੀ ਇਹ ਕੀ ਕਹਿੰਦੇ ਨੇ ਉਹਨੂੰ ਪੰਜਾਬੀ ਚ ਮੈਂ ਉਹ ਸ਼ਬਦ ਵਰਤਣਾ ਨਹੀਂ ਜਾਂਦਾ ਬਸ ਉਹ ਫੈਂਕੂ ਸਿੰਘ ਹਨ ਸਿੱਟੀ ਜਾਂਦੇ ਜਿਹੜਾ ਵੀ ਬੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਕੋਈ ਗੱਲ ਕਰਦਾ ਸੁਖਵੀਰ ਬਾਦਲ ਇਸ਼ਾਰਾ ਕਰਦਾ ਤੇ ਫਿਰ ਵਰਟੋਵਾ ਸਾਹਿਬ ਉਹਦੇ ਉੱਪਰ ਹਮਲੇ ਤੇ ਹਮਲਾ ਕਰਦੇ ਚਾਹੇ ਅਕਾਲ ਤਖਤ ਦਾ ਜਥੇਦਾਰ ਹੋਵੇ ਜਿਵੇਂ ਕਿ ਤੁਹਾਨੂੰ ਪਤਾ ਹੈ ਉਹਨਾਂ ਨੇ ਜਿਹੜੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਉੱਪਰ ਕਈ ਵਾਰੀ ਉਹਨਾਂ ਨੇ ਅਜੇ ਸ਼ਬਦਾਂ ਦੀ ਵਰਤੋਂ ਕੀਤੀ ਜੋ ਉਹਨਾਂ ਨੂੰ ਸ਼ੋਭਦਾ ਨਹੀਂ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਨ ਉਸ ਸਮੇਂ ਅਤੇ ਇਸ ਸਮੇਂ ਉਹ ਜਥੇਦਾਰ ਹਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਤਲਵੰਡੀ ਸਾਹਿਬ ਸੋ ਇਹ ਮੈਂ ਚਰਚਾ ਨੂੰ ਇੱਥੇ ਸਮਾਪਤ ਕਰਦਾ ਤੇ ਇਸ ਨੂੰ ਮੈਂ ਉਮੀਦ ਕਰਦਾ ਤੁਸੀਂ ਇਸ ਨੂੰ ਪਸੰਦ ਕਰੋਗੇ ਅਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰੋਗੇ ਆਪਣੇ ਸਬੰਧੀਆਂ ਨਾਲ ਮਿੱਤਰਾਂ ਨਾਲ ਅਤੇ ਸਿੱਖ ਸੰਗਤਾਂ ਨਾਲ ਇਹ ਕਹਿੰਦਾ ਹੋਇਆ ਮੈਂ ਇਸ ਨੂੰ ਸਮਾਪਤ ਕਰਦਾ ਧੰਨਵਾਦ ਸਤਿ ਸ੍ਰੀ ਅਕਾਲ